ਅੱਧਿਆਂ ਨੇ ਤਾਂ ਖੇ ਖਾਧੀ ਹੁੰਦੀ ਆ, ਪਹਿਲਾਂ ਹੀ ਸਰੀਰਕ ਸੰਬੰਧ ਬਣਾਏ ਹੁੰਦੇ ਨੇ, ਫਿਰ ਉਹਨੂੰ ਛੱਡੇਂਗੇ ਉਹ? ਮੇਰੇਂਟਸ ਦੀ ਮਰਜ਼ੀ ਨਾਲ ਕਰਾਓ ਜੀ, ਆ ਕਾਹਦੀ ਮਰਜ਼ੀ ਹੋ ਗਈ, ਚੁਣ ਤਾਂ ਆਪ ਲਿਆ ਪਹਿਲਾਂ ਹੀ। ਉਹ ਇਹਨਾਂ ਚੀਜ਼ਾਂ ਤੋਂ ਬਚੋ, ਇੱਕ ਸਗਾਉਣੇ ਵਾਲੇ ਕਹਿੰਦੇ ਨੇ ਇਦੋਂ ਅੱਗੇ ਤਾਂ ਤੁਹਾਡੀ ਮੌਤ ਆ, ਜ਼ਿੰਦਗੀ ਉਹ ਹੈ ਨਹੀਂ, ਤੁਸੀਂ ਇਸ 'ਚ ਸੁਰਾ ਅਤੇ ਸੁੰਦਰੀ ਦੇ ਮੁਰੀਦ ਨਾ ਬਣੋ, ਇਹ 'ਚੋਂ ਬਾਹਰ ਨਿਕਲੋ ਚੀਜ਼ ਦੇ ਵਿੱਚੋਂ। ਆ ਵੀਰ ਕਹਿੰਦਾ ਕੁਮਾਰ ਕਰਨ ਕਹਿੰਦਾ ਫਿਰ ਗਲਤ ਕੀ ਆ? ਕੀ ਗਲਤ ਮੈਨੂੰ ਸਮਝ ਨਹੀਂ ਆਇਆ ਵੀਰ, ਪਤਾ ਨਹੀਂ ਕਿਹੜੀ ਚੀਜ਼ ਦੀ ਗੱਲ ਕਰ ਰਹੇ ਹਾਂ। ਆਪਾਂ ਤਾਂ ਗੁਰੂ ਦੀ ਗੱਲ ਕਰ ਰਹੇ ਹਾਂ, ਜੋ ਵੀ ਗੱਲ ਆ ਸਾਰੀ ਸਹੀ ਆ, ਕਿਸੇ ਨੂੰ ਚੰਗੀ ਲੱਗੇ ਨਾ ਲੱਗੇ ਕੋਈ ਪ੍ਰਵਾਹ ਨਹੀਂ। ਬਹੁਤ ਵੀਰ ਤੇ ਭੈਣਾਂ ਸਪੋਰਟ ਕਰ ਰਹੇ ਨੇ, ਬਹੁਤ ਵੀਰ ਤੇ ਭੈਣਾਂ, ਬਜ਼ੁਰਗ ਤਾਂ ਬਜ਼ੁਰਗਾਂ ਦੀ ਤਾਂ ਬਾਹਲੀ ਜ਼ਿਆਦਾ ਸਪੋਰਟ ਆ। ਹਾਂ ਝੱਬੇ ਆ ਕਹਿੰਦਾ ਜੱਸਾ ਸਿੰਘ ਵੀਰ ਵੀ ਜੇਲ੍ਹ 'ਚ ਆ ਬਾਈ, ਝੱਬੇਵਾਲ ਹੁਸ਼ਿਆਰਪੁਰ, ਉਹੀ ਤਾਂ ਚੱਕਰ ਆ ਵੀਰ, ਇਹ ਕਈ ਜਾਂਦੇ ਤੁਸੀਂ ਵਿਦੇਸ਼ਾਂ 'ਚ ਕਿਉਂ ਬੈਠੇ ਹੋ? ਉਹ ਭਰਾਵੋ ਜਿੱਥੇ ਮਰਜ਼ੀ ਬੈਠੇ ਹੋ, ਕੌਮ ਦੇ ਲਈ ਦਰਦ ਤਾਂ ਹੈਗਾ, ਤੁਸੀਂ ਪੰਜਾਬ ਦੇ ਵਿੱਚ ਰਹਿ ਕੇ ਵੀ ਕੀ ਕਰ ਰਹੇ ਹੋ? ਪੰਜਾਬ ਦਾ ਬੇੜਾ ਗਰਕ ਕਰਦੇ ਹੋ, ਆਸ਼ਕੀਆਂ ਕਰਦੇ ਹੋ, ਸ਼ਰਮ ਤਾਂ ਨਹੀਂ ਆਉਂਦੀ? ਨੌ ਸੌ 94 ਜਣੇ ਦੇਖ ਰਹੇ ਨੇ ਜੀ, ਬਹੁਤ ਬਹੁਤ ਮਿਹਰਬਾਨੀ ਜੀ ਸਾਰਿਆਂ ਦੀ, ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਅਤੇ ਜਿਹੜੇ ਸਿੰਗਰ ਨੇ, ਨਿਮਰਤ ਖਹਿਰਾ ਹੋਈ, ਕੌਰ ਬੀ, ਦਲਜੀਤ ਦੋਸਾਂਝ, ਜੈਨੀ ਚੌਲ, ਇਹ ਪੰਥ ਦੇ ਸਭ ਤੋਂ ਵੱਡੇ ਦੁੱਖੀ ਨੇ ਇਹ। ਗੁਰੂ ਘਰ ਦਾ ਸਹਾਰਾ ਲਿਆ ਪਹਿਲਾਂ, ਕੋਈ ਸ਼ਹੀਦ ਦੇ ਪਰਿਵਾਰ ਦੇ ਵਿੱਚੋਂ ਆ, ਮੁੜ ਕੇ ਗੰਦ ਪਾਉਣ ਲੱਗ ਗਏ, ਇਹ ਗੱਲਾਂ ਨਹੀਂ ਫੱਬਦੀਆਂ। ਆਸ਼ਕੀ ਤੋਂ ਦੂਰ ਰਹੋ ਭਰਾਵੋ, ਇਹ ਚੀਜ਼ਾਂ ਇਹ ਤਾਂ ਖੋਰਾ ਲਾਉਂਦੀ ਆ, ਕੋਹੜ ਆਏ ਸਾਡੇ ਸਮਾਜ ਦੇ ਲਈ ਲੱਚਰ।